ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਰਮਨ ਰੇਡੀਓ ਦੇ ਉੱਤੇ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਆਸਟ੍ਰੇਲੀਆ ਦੇ ਬਹੁਤ ਮਸ਼ਹੂਰ ਖਿਡਾਰੀ ਜਿਹੜੇ ਕਿ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ, ਸੋਨੀ ਕੌਂਕੇ। ਇਹ ਜਿਹੜਾ ਕਿ ਸਿੰਘ ਸਭਾ ਸਪੋਰਟਸ ਕਲੱਬ ਹੈ, ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਤੇ ਮੈਲਬਨ ਦਾ ਸਭ ਤੋਂ ਪੁਰਾਣਾ ਸਪੋਰਟਸ ਕਲੱਬ, ਉਹਨਾਂ ਦੇ ਕਪਤਾਨ ਵੀ ਨੇ ਕਬੱਡੀ ਟੀਮ ਦੇ। ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡਾ ਰੇਡੀਓ ਤੇ। ਤੇ ਬਸ ਥੋੜੀਆਂ ਗੱਲਾਂ ਤੁਹਾਡੇ ਬਾਰੇ, ਤੁਸੀਂ ਸਭ ਤੋਂ ਪਹਿਲਾਂ ਜੇ ਆਪਣੇ ਪਿਛੋਕੜ ਬਾਰੇ ਦੱਸੋ, ਤੁਹਾਡਾ ਪਿੰਡ ਤੇ ਜਾਨੀ ਕਿਹੜੇ ਜ਼ਿਲ੍ਹੇ ਚ ਤੇ ਪੰਜਾਬ ਤੁਸੀਂ ਕਿੱਥੋਂ ਹੋ ਬਾਈ? ਹਾਂਜੀ, ਮੇਰਾ ਪਿੰਡ ਹੈਗਾ ਜੀ ਗੁਰੂਸਰ ਕੌਂਕੇ। ਹਾਂਜੀ, ਮੇਰਾ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਜੀ, ਜਗਰਾਓਂ ਦੇ ਕੋਲ ਆ ਜੀ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਕਿਸ ਉਮਰ ਚ ਕਦੋਂ ਤੋਂ ਕਬੱਡੀ ਖੇਡਣੀ ਸ਼ੁਰੂ ਕਰਤੀ ਸੀਗੀ? ਕਬੱਡੀ ਜੀ ਮੈਂ ਖੇਡਣੀ 9ਵੀਂ 10ਵੀਂ ਕਲਾਸ ਤੋਂ ਸ਼ੁਰੂ ਕਰਤੀ ਸੀ। ਹਾਂਜੀ, ਪਹਿਲਾਂ ਸਕੂਲ ਲੈਵਲ ਤੇ ਖੇਡੀ। ਹਾਂਜੀ, ਫਿਰ ਕਾਲਜ ਚ ਵੀ ਖੇਡੇ। ਹਾਂਜੀ, ਨਾਲ ਪਿੰਡ ਵਾਰ ਸ਼ੁਰੂ ਕੀਤੀ। ਹਾਂਜੀ, ਪਿੰਡ ਵਾਰ ਖੇਡਦੇ ਖੇਡਦੇ ਜਿੱਦਾਂ ਮੈਂ ਅਕੈਡਮੀ ਚ ਖੇਡਿਆ ਹਜੀਤ ਦਵਾਰ ਕਲੱਬ ਜਗਰਾਓਂ ਚ। ਹਾਂਜੀ ਹਾਂਜੀ, ਉਹਦੇ ਨਾਲ ਖੇਡਦੇ ਖੇਡਦੇ ਜਿੱਦਾਂ ਇੰਗਲੈਂਡ ਮੈਨੂੰ ਖੇਡਣ ਦਾ ਮੌਕਾ ਮਿਲਿਆ। ਹਾਂਜੀ, 2006 ਤੇ 2007 ਚ। ਅੱਛਾ ਜੀ, ਤੁਸੀਂ ਜੋ ਤੁਹਾਨੂੰ ਠੀਕ ਹੈ ਜੀ। ਅੱਛਾ ਜੀ, ਤੇ ਹੁਣ ਤੁਸੀਂ ਆਸਟ੍ਰੇਲੀਆ ਚ ਕਦੋਂ ਤੋਂ ਰਹਿੰਦੇ ਹੋ ਤੇ ਕਿਦਾਂ ਸ਼ੁਰੂ ਤੋਂ ਇਸੇ ਕਲੱਬ ਲਈ ਖੇਡ ਰਹੇ ਹੋ ਜਾਂ ਕਿਸ ਪਹਿਲਾਂ ਕਿਤੋਂ ਹੋਰ ਵੀ ਖੇਡੇ? 2008 ਚ ਆਇਆ ਸੀਗਾ ਜੀ। ਹਾਂਜੀ, ਉਸ ਤੋਂ ਲੈ ਕੇ ਮੈਂ ਹੁਣ ਤੱਕ ਸਿੰਘ ਸਭਾ ਕਲੱਬ ਲਈ ਖੇਡ ਰਿਹਾ ਜੀ। ਹਾਂਜੀ, ਤੇ ਮੈਨੂੰ ਵਧੀਆ, ਮੇਰਾ ਸਾਰੇ ਪਿਆਰ ਕਰਦੇ ਆ, ਵਧੀਆ ਸਾਡੀ ਟੀਮ ਵੀ ਵਧੀਆ, ਸਾਡੇ ਸਾਡੇ ਵਧੀਆ। ਹਾਂਜੀ ਹਾਂਜੀ, ਸਹੀ ਜਾਣਦੇ ਆ ਸਿੰਘ ਸਭਾ ਹਰ ਟੂਰਨਾਮੈਂਟ ਚ ਪਹੁੰਚਦੇ ਆ ਤੇ ਜਿੱਤ ਕੇ ਆਪਣੇ ਝੰਡੇ ਗੱਡ ਦੀ ਜਿੱਤਦੇ ਹਮੇਸ਼ਾ ਤੋਂ। ਅਸੀਂ ਪੁੱਛਣਾ ਚਾਹਾਂਗੇ, ਤੁਸੀਂ ਇੰਗਲੈਂਡ, ਆਸਟ੍ਰੇਲੀਆ ਤੇ ਇੰਡੀਆ ਤੋਂ ਇਲਾਵਾ ਕਿਸੇ ਹੋਰ ਮੁਲਕ ਚ ਵੀ ਖੇਡੇ ਹੋ? ਨਿਊਜ਼ੀਲੈਂਡ ਖੇਡੇ ਆ ਜੀ। ਠੀਕ ਹੈ ਜੀ। ਹਾਂਜੀ, ਤੇ ਇੰਗਲੈਂਡ, ਆਸਟ੍ਰੇਲੀਆ ਤੇ ਇੰਡੀਆ। ਠੀਕ ਹੈ ਜੀ। ਤੇ ਇੱਥੇ ਤੁਹਾਨੂੰ ਇੰਗਲੈਂਡ ਦੀ ਕਬੱਡੀ ਤੇ ਇੱਥੇ ਜਿਹੜੀ ਕਬੱਡੀ ਖੇਡੀ ਜਾਂਦੀ ਉਹਦੇ ਵਿੱਚ ਕੋਈ ਅੰਤਰ ਲੱਗਦਾ ਵੀ ਕੀ ਕੋਈ ਫਰਕ ਮਹਿਸੂਸ? ਇੰਗਲੈਂਡ ਜਿਹੜੀ ਕਬੱਡੀ ਹੈ ਜੀ, ਉਹ ਥੋੜੀ ਜਿਹੀ ਹੈਵੀ ਹੈ, ਜਿੱਦਾਂ ਸਾਰੇ ਪਲੇਅਰ ਪ੍ਰੋਫੈਸ਼ਨਲ ਜਾਂਦੇ ਆ ਉੱਥੇ। ਹਾਂਜੀ, ਕੋਈ ਵੀ ਦੂਜਾ ਪਲੇਅਰ ਨਹੀਂ ਜਾਂਦਾ। ਅੱਛਾ ਜੀ। ਜਿਵੇਂ ਇੱਕ ਕਲੱਬ 7 ਪਲੇਅਰ ਛੱਡ ਸਕਦੀ ਆ, ਇੰਡੀਆ ਤਾਂ 7-7 ਪਲੇਅਰ ਛੱਡਦੀ ਆ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਆ। ਹਾਂਜੀ, ਤਾਂ ਉਹਨਾਂ ਨੂੰ ਜਿਹੜੇ ਹਿਸਾਬ ਦਾ ਜਿਵੇਂ ਪਲੇਅਰ ਆ ਉਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਵੀ ਦਿੰਦੇ ਆ। ਹਾਂਜੀ, ਵਧੀਆ ਟੂਰਨਾਮੈਂਟ ਸੀਜ਼ਨ ਬਣਾ ਕੇ ਕਰਦੇ, ਜਿਦਾਂ ਕਿ 3 ਮਹੀਨੇ ਲਗਾਤਾਰ ਚੱਲਦੇ ਆ। ਹਾਂਜੀ, ਮੈਚ ਹਰੇਕ ਸੰਡੇ ਚੱਲਦੇ ਆ। ਠੀਕ ਹੈ ਜੀ। ਤੇ ਜਿਹੜੇ ਲੋਕ ਦੇਖਣ ਆਉਂਦੇ ਆ ਉਹਨਾਂ ਨੂੰ ਉਸ ਟਾਈਮ 5 ਪਾਉਂਡ ਟਿਕਟ ਹੁੰਦੀ ਸੀ, ਹੁਣ ਉਹਨਾਂ ਨੇ 10 ਪਾਉਂਡ ਜ਼ਿਆਦਾ ਕਰਤੀ ਹੋਈ। ਹਾਂਜੀ, ਅੱਛਾ ਜੀ। ਯਾਨੀ ਇੱਥੇ ਤੁਹਾਨੂੰ, ਮੈਂ ਯਾਨੀ ਇਦਾਂ ਨਹੀਂ ਕਹਿੰਦਾ ਕਿਸੇ ਬੰਦੇ ਕਿਸੇ ਕਲੱਬ 'ਚ, ਮੈਂ ਯਾਨੀ ਓਵਰਆਲ ਪੁੱਛਦਾ, ਯਾਨੀ ਮੇਰੇ ਵੀ ਸਾਰਿਆਂ ਦੇ ਵਿੱਚ ਤੁਹਾਨੂੰ ਲੱਗਾ ਕੋਈ ਕਬੱਡੀ 'ਚ ਇੱਥੇ ਕੋਈ ਘਾਟ ਆ ਜਿਹੜੀ ਇੰਪਰੂਵ ਅੱਗੇ ਹੋ ਸਕਦੀ ਹੈ, ਤੁਹਾਨੂੰ ਕੋਈ ਲੱਗਦੀ ਹੋਵੇ? ਯਾਨੀ ਕਿਸੇ ਬੰਦੇ ਦਾ ਨਾਮ ਨਹੀਂ, ਕਿਸੇ ਕਲੱਬ ਦਾ ਨਾਮ ਨਹੀਂ, ਓਵਰਆਲ ਸਾਰੀ ਆਸਟ੍ਰੇਲੀਅਨ ਕਬੱਡੀ ਦੀ ਗੱਲ ਜੇ ਕਰੀਏ? ਨਹੀਂ, ਹੁਣ ਕਬੱਡੀ ਆਸਟ੍ਰੇਲੀਆ ਦੀ ਬਹੁਤ ਵਧੀਆ ਹੋ ਚੱਲੀ ਆ। ਹਾਂਜੀ, ਥੋੜੀਆਂ ਜਿਹੜੀਆਂ ਘਾਟਾਂ ਕਮੇਟੀਆਂ ਦੀਆਂ ਹੁੰਦੀਆਂ ਉਹ ਵੀ ਹੌਲੀ ਹੌਲੀ ਨਿਕਲ ਰਹੀਆਂ, ਫੈਡਰੇਸ਼ਨ ਬਣ ਗਈ ਆ। ਹਾਂਜੀ ਹਾਂਜੀ, ਹੁਣ ਫੈਡਰੇਸ਼ਨ ਵਧੀਆ ਕੰਮ ਕਰ ਰਹੀ ਆ, ਸਾਰਾ ਕੁਝ ਜਿੱਦਾਂ ਵਧੀਆ ਵਧੀਆ ਚੱਲ ਰਿਹਾ ਜੀ। ਨਹੀਂ, ਚਲੋ ਬਹੁਤ ਖੁਸ਼ੀ ਹੋਈ ਜਾਣ ਕੇ, ਜਦੋਂ ਸਾਨੂੰ ਪਲੇਅਰ ਦੱਸਦੇ ਸਾਨੂੰ ਉਦੋਂ ਪਤਾ ਲੱਗਦਾ। ਤੇ ਸੋਨੀ ਕੌਂਕੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਹਰਮਨ ਰੇਡੀਓ ਤੇ ਆਉਣ ਲਈ। ਪਰ ਸਾਨੂੰ ਜਾਂਦੇ ਜਾਂਦੇ ਤੁਸੀਂ ਇੱਕ ਆਪਣਾ ਦੱਸੋ ਕਿ ਤੁਹਾਡਾ ਕੀ ਫਿਊਚਰ ਦਾ ਪਲਾਨ ਆ? ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੋ ਜਾਂ ਕਿਤੇ ਹੋਰ ਇੰਟਰਨੈਸ਼ਨਲ ਤੁਹਾਨੂੰ ਕਲੱਬਾਂ ਦੇ ਆਫਰ ਆਉਂਦੇ ਆ ਜਾਂ ਕਿਦਾਂ ਜੀ? ਨਾ ਜੀ, ਫਿਊਚਰ ਦੇ ਪਲਾਨ ਤਾਂ ਇਹੀ ਆ ਵੀ ਇੱਥੇ ਰਵਾਂਗੇ ਜੀ, ਜੇ ਹੋਰ ਕਿਤੇ ਖੇਡਣ ਦਾ ਮੌਕਾ ਮਿਲਿਆ ਜ਼ਰੂਰ ਖੇਡਾਂਗੇ। ਹਾਂਜੀ, ਵੀ ਜੇ ਕੋਈ ਵੀ ਕਿਤੇ ਟੀਮ ਜਾਂਦੀ ਹੈ ਆਸਟ੍ਰੇਲੀਆ ਵੱਲੋਂ ਖੇਡਣ ਜ਼ਰੂਰ ਜਾਵਾਂਗੇ, ਪਰ ਪਲਾਨ ਦਾ ਇੱਥੇ ਪਲਾਨ ਆ ਜੀ। ਇੱਥੇ ਠੀਕ ਆ ਜੀ, ਸਾਰਾ ਕੁਝ ਵਧੀਆ ਚੱਲ ਰਿਹਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸੋਨੀ ਕੌਂਕੇ ਜੀ ਹਰਮਨ ਰੇਡੀਓ ਨੂੰ ਟਾਈਮ ਦੇਣ ਵਾਸਤੇ। ਅਸੀਂ ਪ੍ਰਮਾਤਮਾ ਨੂੰ ਦੁਆ ਕਰਦੇ ਹਾਂ ਤੁਸੀਂ ਇਦਾਂ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੋ। ਮੈਂ ਵੀ ਧੰਨਵਾਦ ਕਰਦਾ ਹਰਮਨ ਰੇਡੀਓ ਦਾ ਜਿਹਨਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ।